ਪਿਛਲੇ ਦਿਨੀ ਸਰਦਾਰ ਸਾਧੂ ਸਿੰਘ ਵਾਂਦਰ ਸਾਬਕਾ ਸਰਪੰਚ ਪਰਮਾਤਮਾ ਤੋਂ ਬਖਸ਼ੀ ਸਵਾਸਾਂ ਦੀ ਪੂੰਜੀ ਨੂੰ ਖਰਚਦੇ ਹੋਏ ਪ੍ਰਭੂ ਚਰਨਾਂ ਵਿੱਚ ਜਾ ਬਿਰਾਜੇ। ਉਹਨਾਂ ਦੀ ਆਤਮਿਕ ਸ਼ਾਂਤੀ ਲਈ ਅੰਤਮ ਅਰਦਾਸ ਗੁਰਦੁਆਰਾ ਸਾਹਿਬ ਪਿੰਡ ਵਾਂਦਰ ਜ਼ਿਲ੍ਹਾ ਮੋਗਾ ਵਿਖੇ ਕੀਤੀ ਗਈ। ਇਸ ਮੌਕੇ ਰਾਗੀ ਸਿੰਘਾਂ ਵੱਲੋਂ ਵੀ ਰਾਗ ਮੇ ਕੀਰਤਨ ਕੀਤਾ ਗਿਆ। ਆਈਆਂ ਸ਼ਖਸ਼ੀਅਤਾਂ ਵੱਲੋਂ ਵਿਛੜੀ ਆਤਮਾ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ ਗਏ। ਜੁਗੋ ਜੁਗੋ ਆਜ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅੱਜ ਇਸ ਅਤਿਅੰਤ
ਸਰਪੰਚ ਉਹਨਾਂ ਦੀ ਅਰਦਾਸ ਦੇ ਵਿੱਚ ਸ਼ਾਮਲ ਹੋਣ ਲਈ ਪੁੱਜੇ ਵੱਖ ਵੱਖ ਪਾਰਟੀਆਂ ਸੰਸਥਾਵਾਂ ਦੇ ਆਗੂ ਅਹੁਦੇਦਾਰ ਦੂਰੋਂ ਨੇੜੇ ਪੰਚ ਸਰਪੰਚ ਵੱਖ ਵੱਖ ਪਿੰਡਾਂ ਦੀਆਂ ਸਰਕਾਰ ਸ਼ਖਸੀਅਤਾਂ ਅਤੇ ਰਿਸ਼ਤੇਦਾਰ ਮਿੱਤਰ ਜਿੰਨੇ ਵੀ ਅੱਜ ਇਸ ਵਿਦਾਈ ਸਮੇਂ ਦੇ ਉੱਤੇ ਸਾਡੇ ਇਸ ਪਰਿਵਾਰ ਨਾਲ ਹਮਦਰਦੀ ਪ੍ਰਗਟ ਕਰਨ ਲਈ ਅਤੇ ਸਾਡੇ ਉਸ ਰਗੜੇ ਸੱਜਣ ਦੀ ਅੰਤਮ ਅਰਦਾਸ ਦੇ ਵਿੱਚ ਸ਼ਾਮਲ ਹੋਣ ਲਈ ਜਿਹੜਾ ਕਿ ਸਾਨੂੰ ਅੱਧ ਵਿਚਕਾਰੇ ਛੱਡ ਕੇ ਉਸ ਕਾਰਨ ਦੇ ਜਾਣਾ ਉੱਥੇ ਰਾਜ ਗਿਆ ਉਸ ਦੀ ਅੰਤਮ ਅਰਦਾਸ ਵਿੱਚ ਪਹੁੰਚਣ ਲਈ ਸੁੱਚੀ ਸਾਹ ਸੰਸਥਾ ਤੋਂ ਪਹਿਲਾਂ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਜਿਹੜਾ ਜੀ ਵੀ ਲਿਖਿਆ ਸੀ ਸਾਨੂੰ ਸਮਾਏ ਥੱਲੇ ਵਾਲੇ ਨਾਮ ਕਾ ਸੱਦੇ ਹੋ ਜਾਏ ਤੇ ਮਹਾਂਮਹਿਮ ਸਾਹਿਬ ਬਹੁਤ ਸਤਿਕਾਰਯੋਗ ਸ਼ਖਸੀਅਤ ਸਰਦਾਰ ਸਾਹਿਬ ਸਰਪੰਚ ਸਾਹਿਬ ਪਰਮਾਤਮਾ ਨੂੰ ਦਿੱਤੇ ਹੋਏ ਸਮੇਂ ਦੇ ਅਨੁਸਾਰ ਆਪਣੇ ਸੰਸਥਾ ਦੀ ਪੂੰਜੀ ਪੂਰੀ ਕਰਕੇ ਕੋਈ ਦਿਨ ਬਜੇ ਉੱਠ ਜਾਣ ਦਾ ਜਾਗ ਆ ਰਹੇ ਹਨ ਅੱਜ ਆਪਾਂ ਉਹਨਾਂ ਦੀ ਅੰਤਮ ਅਰਦਾਸ ਦੇ ਵਿੱਚ ਸ਼ਾਮਲ ਹੋਣ ਵਾਸਤੇ ਔਰ ਇਸ ਦੁਖਦੀ ਘੜੀ ਦੇ ਵਿੱਚ ਪਰਿਵਾਰ ਦੇ ਨਾਲ ਦੁੱਖ ਮਨਾਉਣ ਵਾਸਤੇ ਗੁਰੂ ਮਹਾਰਾਜ ਦੀ ਦੁਸ਼ਮਣੀ ਵਿੱਚ ਇਕੱਤਰ ਹੋਏ ਹਾਂ ਗੁਰਬਾਣੀ ਦੇ ਪ੍ਰਮਾਣ ਮੁਤਾਬਕ ਔਰ ਕੁਦਰਤ ਦੇ ਦਲ ਦੇ ਤੇਜ ਦੇ ਮੁਤਾਬਕ ਜੋ ਵੀ ਅਸਾਂ ਨੇ ਦੁਨੀਆਂ ਦੇ ਆਉਂਦਾ ਹੈ ਉਸਨੇ ਇੱਕ ਨਾ ਇੱਕ ਦਿਨ ਚਲੇ ਜਾਣਾ ਹੈ ਜੇਕਰ ਜਨਮ ਹੈ ਤਾਂ ਬਹੁਤ ਵੱਡਾ ਹੈ ਪਰਿਵਾਰ ਦੇ ਨਾਲ ਦੁੱਖ ਮਨਾਉਣ ਲਈ ਦੁੱਖ ਦੇ ਵਿੱਚ ਸ਼ਰੀਕ ਹੁੰਦੇ ਹੋਏ ਸ਼੍ਰੋਮਣੀ ਅਕਾਲੀ ਦਲ ਪਾਰਟੀ ਦੇ ਲੀਡਰ ਸਾਹਿਬਾਨ ਹਲਕੇ ਤੋਂ ਪਾਈਆਂ ਹੋਈਆਂ ਪੰਚਾਇਤਾਂ ਦੋਸਤ ਮਿੱਤਰ ਰਿਸ਼ਤੇਦਾਰ ਤੇ ਇਸ ਨਗਰ ਦੇ ਸਾਰੇ ਸੰਗਤ ਸਾਡੇ ਨਾਲ ਕਰਨਾ ਹੈ ਵਾਹਿਗੁਰੂ ਜੀ ਕਾ ਖਾਲਸਾ ਸਰਪੰਚ ਸਾਹਿਬ ਸੀਗੇ ਉਹਨਾਂ ਦੇ ਜੀਵਨੀ ਬਾਰੇ ਤੁਸੀਂ ਸਾਨੂੰ ਇਹ ਦੱਸੋ ਉਹਨਾਂ ਦੀ ਜੀਵਨੀ ਬਹੁਤ ਬਹੁਤ ਵਧੀਆ ਜੀਵਨੀ ਸੀ ਸਾਨੂੰ ਉਹਨਾਂ ਨੇ ਉੱਚੇ ਪੱਧਰ ਤੇ ਲਿਆਂਦਾ ਜੀ ਸਟੈਂਡ ਤੇ ਖੜਾ ਕੀਤਾ ਜੀ ਸਾਨੂੰ ਉਹਨਾਂ ਨੇ ਤੇ ਸਾਨੂੰ ਚੰਗੀ ਸਿੱਖਿਆ ਦਿੱਤੀ ਉਹਨਾਂ ਨੇ ਪਿੰਡ ਦਾ ਵਿਕਾਸ ਬਹੁਤ ਵਧੀਆ ਉਹਨਾਂ ਨੇ ਵਧੀਆ ਸਹੀ ਢੰਗ ਦੇ ਨਾਲ ਕੀਤਾ ਜੀ ਸਰ ਕੁਛ ਸਰਪੰਚ ਸਾਹਿਬ ਦੀ ਕੁਛ ਯਾਦਗਾਰੀ ਪਲ ਹੋਣ ਜੋ ਕਿ ਸਾਨੂੰ ਸਾਰੀ ਜ਼ਿੰਦਗੀ ਕਦੇ ਨਾ ਭੁੱਲ ਸਕਣ ਯਾਦਗਾਰੀ ਸਾਨੂੰ ਭੁੱਲਣ ਵਾਲੀ ਗੱਲ ਨਹੀਂ ਜੀ ਉਹਦੀ ਮੌਤ ਦਾ ਸਾਨੂੰ ਬਹੁਤ ਦੁਖਦਾਈ ਭੁੱਲਣ ਵਾਲੀ ਗੱਲ ਨਹੀਂ ਜੀ ਸਾਰੀ ਉਮਰ ਵਾਸਤੇ ਕੁਛ ਇਹੋ ਜਿਹਾ ਪਲ ਜੋ ਸਾਨੂੰ ਕੁਛ ਯਾਦਾਂ ਇਹੋ ਜਿਹੀਆਂ ਕੁਛ ਸਮਾਂ ਬੀਤਿਆ ਹੋਵੇ ਸਾਨੂੰ ਕੁਛ ਸਾਨੂੰ ਉਹਨਾਂ ਮਿੱਠੀਆਂ ਯਾਦਾਂ ਬਹੁਤ ਜ਼ਿਆਦਾ ਬਹੁਤ ਆਉਂਦੀਆਂ ਬਚਪਨ ਦੇ ਵਿੱਚ ਗੱਲਾਂ ਕਰਦੇ ਸਾਡੇ ਨਾਲ ਦੇਹੋ ਸੱਜਣ ਆਸੀ ਸੜੀਆਂ
جو ہوئے صاحب سو میل دیو سجن آسی سڑیاں جو ہوئے صاحب سو میل دیو سجن آسی سڑیاں جو ہوئے صاحب سو میل جےکار کیرت آتی ہے جےکار کیرت آتی ہے کرتے کا ہوئے بیچاروں جےکار کیرت آتی ہے کرتے کا ہوئے بیچاروں تت کر کا وہ سوہلا تت کر کا وہ سوہلا سرجن ہارو دیہو سجن آسی سڑیاں جو ہوئے صاحب سو میل دیہو سجن آسی سڑیاں جو ہوئے صاحب سو میل دیہو سجن آسی سڑیاں جو ہوئے صاحب سو میل تم گاو میرے نرپاؤں کا سوہلا تم گاو میرے نرپاؤں کا سوہلا میرے نرپاؤں کا سوہلا تم گاو میرے نرپاؤں کا سوہلا میرے نرپاؤں کا سوہلا سدا سکھ ہوئے دیہو سجن آسی سڑیاں جو ہوئے صاحب سو میل دیہو سجن آسی سڑیاں جو ہوئے صاحب سو میل دیہو سجن آسی سڑیاں جو ہوئے صاحب سو میل